ਨਮਸਕਾਰ ਖਬਰਾਂ ਦੇਸ਼ ਬੁਲੇਟਿਨ 'ਚ ਤੁਹਾਡਾ ਸਵਾਗਤ ਮੈਂ ਰਜਨੀ ਪਲਾਪੇਸ਼ ਨੇ ਚੌਂਵੀਂਆਂ ਖਬਰਾਂ ਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਰਿਕਾਰਡ ਤੋੜ ਵੋਟਿੰਗ ਡੋਨਾਲਡ ਟਰੰਪ ਤੇ ਜੋ ਬਾਈਡਨ ਵਿਚਾਲੇ ਫਸਮੀ ਟੱਕਰ ਜਲ ਸ਼ਕਤੀ ਮੰਤਰਾਲੇ ਨੇ ਜਲ ਜੀਵਨ ਮਿਸ਼ਨ ਤਹਿਤ ਹੋਈ ਪ੍ਰਤੀਬਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਦਿਹਾਤੀ ਜਲ ਸਪਲਾਈ ਮੰਤਰੀਆਂ ਦੇ ਨਾਲ ਕੀਤਾ ਵਿਚਾਰ ਵਟਾਂਦਰਾ ਮਲਾਬਾਰ ਸਮੁੰਦਰੀ ਮਸ਼ਕਦਾ 24ਵਾਂ ਐਡੀਸ਼ਨ ਬੰਗਾਲ ਦੇ ਤੱਟ ਤੇ ਵਿਸ਼ਾਖਾ ਪਟਨਮ ਦੇ ਵਿੱਚ ਜਾਰੀ ਭਾਰਤੀ ਨੇਵੀ ਅਮਰੀਕਨ ਨੇਵੀ ਤੋਂ ਇਲਾਵਾ ਜਪਾਨ ਤੇ ਆਸਟ੍ਰੇਲੀਆ ਦੀਆਂ ਜਲ ਸੈਨਾਵਾਂ ਵੀ ਸਮੁੰਦਰੀ ਮਸ਼ਕ ਦੇ ਵਿੱਚ ਸ਼ਾਮਲ ਕੇਂਦਰ ਸਰਕਾਰ ਨੇ ਕਿਹਾ ਕਿ ਜਨਤਨ ਖਾਤਿਆਂ ਸਮੇਤ 60 ਕਰੋੜ ਬਚਤ ਖਾਤਿਆਂ ਤੇ ਕੋਈ ਸਰਵਿਸ ਚਾਰਜ ਨਹੀਂ ਲਗਾਇਆ ਗਿਆ ਜੰਮੂ ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਮਨੋਜ ਸਿੰਘਾਨ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ 55 ਹਜ਼ਾਰ ਕਰੋੜ ਰੁਪਏ ਦੇ ਵਿਕਾਸ ਪੈਕੇਜ ਦੇ ਨਾਲ ਜੰਮੂ ਕਸ਼ਮੀਰ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਨਵਾਂ ਉਤਸ਼ਾਹ ਮਿਲੇਗਾ ਤੇ ਹੁਣ ਖਬਰਾਂ ਵਿਸਥਾਰ ਨਾਲ ਵਿਸ਼ਵਧਿਆ ਨਜ਼ਰਾਂ ਅਮਰੀਕੀ ਰਾਸ਼ਟਰਪਤੀ ਦੇ ਚੋਣ ਨਤੀਜਿਆਂ ਤੇ ਟਿਕੀਆਂ ਹੋਈਆਂ ਨੇ ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਵਿੱਚ ਰਿਕਾਰਡ ਤੋੜ ਵੋਟਿੰਗ ਹੋਣ ਦੀਆਂ ਖਬਰਾਂ ਮਿਲੀਆਂ ਨੇ ਇਨ੍ਹਾਂ ਚੋਣਾਂ ਦੇ ਵਿੱਚ ਰਿਪਬਲਿਕਨ ਉਮੀਦਵਾਰ ਤੇ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਮੁਕਾਬਲਾ ਡੈਮੋਕ੍ਰੈਟਿਕ ਪਾਰਟੀ ਦੇ ਉਮੀਦਵਾਰ ਜੋ ਬਾਈਡਨ ਦੇ ਨਾਲ ਹੈ ਜੋ ਬਾਈਡਨ ਦੇ ਨਾਲ ਉਪਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਭਾਰਤੀ ਮੂਲ ਦੀ ਕਮਲਾ ਹੈਰਿਸ ਹੈ ਜਦਕਿ ਟਰੰਪ ਦੇ ਸਾਥੀ ਮਾਈਕ ਪੇਨ ਉਪਰਾਸ਼ਟਰਪਤੀ ਦੀ ਚੋਣ ਲੜ ਰਹੇ ਨੇ ਬੇਸ਼ੱਕ ਰਾਸ਼ਟਰਪਤੀ ਉਮੀਦਵਾਰਾਂ ਵਿਚਾਲੇ ਵੱਸਮੀ ਟੱਕਰ ਹੈ ਪਰ ਸ਼ੁਰੂਆਤੀ ਰੁਝਾਨਾਂ ਦੇ ਵਿੱਚ ਜੋ ਬਾਈਡੇਨ ਨੂੰ ਇਹਨਾਂ ਚੋਣਾਂ ਦੌਰਾਨ ਬੜਤ ਮਿਲਦੀ ਵਿਖਾਈ ਦੇ ਰਹੀ ਹੈ ਖਬਰਾਂ ਅਨੁਸਾਰ ਜੋ ਬਾਈਡੇਨ ਨੂੰ 98 ਇਲੈਕਟਰੋਲ ਤੇ ਡੋਨਾਲਡ ਟਰੰਪ ਨੂੰ 91 ਇਲੈਕਟਰੋਲ ਵੋਟ ਮਿਲਣ ਦੀਆਂ ਖਬਰਾਂ ਨੇ ਅਮਰੀਕੀ ਵਿਸ਼ਵ ਦਾ ਸੱਤ ਦਹਾਕਾ ਪੁਰਾਣਾ ਲੋਕਤੰਤਰ ਹੈ ਅਮਰੀਕਾ ਦੇ ਵਿੱਚ 23 ਕਰੋੜ 90 ਲੱਖ ਮਤਦਾਤਾ ਨੇ ਖਬਰਾਂ ਦੇ ਵਿੱਚ ਦੱਸਿਆ ਗਿਆ ਹੈ ਕਿ ਤਕਰੀਬਨ 10 ਕਰੋੜ ਲੋਕ ਪਹਿਲਾਂ ਹੀ ਵੋਟ ਪਾ ਚੁੱਕੇ ਨੇ ਅਤੇ ਅਮਰੀਕਾ ਦੇ ਵਿੱਚ ਤਕਰੀਬਨ ਇੱਕ ਸਦੀ ਬਾਅਦ ਇੰਨੀ ਪਰਮੀ ਵੋਟਿੰਗ ਹੋਈ ਹੈ ਜਲ ਸ਼ਕਤੀ ਮੰਤਰਾਲੇ ਨੇ ਕੱਲ ਜਲ ਜੀਵਨ ਮਿਸ਼ਨ ਤਹਿਤ ਪ੍ਰਤੀਦਾਤਾ ਜਾ ਜ਼ਾਲੈਂ ਲਈ ਸਾਰੇ ਸੁਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਦਿਹਾਤੀ ਜਲ ਸਪਲਾਈ ਬਾਰੇ ਮੰਤਰੀਆਂ ਦੇ ਨਾਲ ਇੱਕ ਵਰਚੁਅਲ ਕਾਨਫਰੰਸ ਦਾ ਆਯੋਜਨ ਕੀਤਾ। ਇਸ ਕਾਨਫਰੰਸ ਦੀ ਪ੍ਰਧਾਨਗੀ ਜਲ ਸ਼ਕਤੀ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕੀਤੀ। ਹਰਿਆਣਾ ਤੇ ਤ੍ਰਿਪੂਰਾ ਸੂਬਿਆਂ ਦੇ ਮੁੱਖ ਮੰਤਰੀਆਂ ਨੇ ਵੀ ਇਸ ਬੈਠਕ ਦੇ ਵਿੱਚ ਸ਼ਿਰਕਤ ਕੀਤੀ। ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼੍ਰੀ ਸ਼ੇਖਾਵਤ ਨੇ ਕੋਵਿਡ ਮਹਾਮਾਰੀ ਦੌਰਾਨ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਪਾਈਪ ਰਾਹੀਂ ਜਲਦੀ ਸਪਲਾਈ ਦੇ ਲਈ ਕਨੈਕਸ਼ਨ ਦੇਣ ਦੀ ਸ਼ਲਾਗਾ ਕੀਤੀ। ਉਨ੍ਹਾਂਸ ਪ੍ਰਗਟ ਕੀਤੀ ਹੈ ਕਿ ਸਾਰੇ ਸੁਬੇ ਹਰ ਘਰ 'ਚ ਜਲ ਪਹੁੰਚਾਉਣ ਦੇ ਲਈ ਪੂਰੀ ਵਾਅ ਲਾਉਣਗੇ। ਇਸ ਮਿਸ਼ਨ ਦਾ ਉਦੇਸ਼ ਲੰਬੇ ਸਮੇਂ ਦੇ ਲਈ ਨਿਯਮਿਤ ਰੂਪ ਦੇ ਵਿੱਚ ਹਰੇਕ ਦਿਹਾਤੀ ਘਰ ਦੇ ਵਿੱਚ ਪ੍ਰਤੀ ਵਿਅਕਤੀ 55 ਲੀਟਰ ਪੀਣ ਯੋਗ ਪਾਣੀ ਮੁਹੱਈਆ ਕਰਵਾਉਣਾ ਹੈ। ਇਸ ਮਿਸ਼ਨ 'ਤੇ ਕੁੱਲ 360000 ਕਰੋੜ ਰੁਪਏ ਖਰਚੇ ਜਾਣਗੇ ਜਿਨ੍ਹਾਂ ਦੇ ਵਿੱਚੋਂ 208000 ਕਰੋੜ ਰੁਪਏ ਕੇਂਦਰ ਸਰਕਾਰ ਵੱਲੋਂ ਦਿੱਤੇ ਜਾਣਗੇ। ਕੇਂਦਰੀ ਮੰਤਰੀ ਨੇ ਕਿਹਾ ਕਿ ਪਿਛਲੇ ਸਾਲ ਅਗਸਤ ਦੇ ਵਿੱਚ ਸ਼ੁਰੂ ਕੀਤੇ ਗਏ ਜਲ ਜੀਵਨ ਮਿਸ਼ਨ ਤਹਿਤ ਹੁਣ ਤੱਕ ਦੇ ਹਾਤੀ ਖੇਤਰਾਵਾਂ ਦੇ ਲਈ ਕਰੀਬ 2.55 ਕਰੋੜ ਘਰਾਂ ਤੱਕ ਪਾਣੀ ਦਾ ਕਨੈਕਸ਼ਨ ਮੁਹੱਈਆ ਕੀਤਾ ਗਿਆ ਹੈ। ਮਲਾਬਾਰਸ ਮੁੰਦਰੀ ਮਰਸ਼ਦਾ 24ਵਾਂ ਅਡੀਸ਼ਨਲ ਬੰਗਾਲ ਦੇ ਤੱਟ ਤੇ ਵਿਸ਼ਾਖਾਪਟਨਮ ਦੇ ਵਿੱਚ ਜਾਰੀ ਹੈ। ਭਾਰਤੀ ਨੇਵੀ, ਅਮਰੀਕਨ ਨੇਵੀ, ਜਾਪਾਨ ਮੈਰੀਟਾਈਮ ਸਫਟ ਡਿਫੈਂਸ ਫੋਰਸ ਅਤੇ ਰਾਇਲ ਆਸਟ੍ਰੇਲੀਅਨ ਨੇਵੀ ਕੱਲ ਸ਼ੁਰੂ ਹੋਈ ਇਸ ਸਮੁੰਦਰੀ ਮਸ਼ਕ ਦੇ ਵਿੱਚ ਹਿੱਸਾ ਲੈ ਰਹੀਆਂ ਨੇ ਇਹ ਮਸ਼ਕ 6 ਨਵੰਬਰ ਤੱਕ ਜਾਰੀ ਰਹੇਗੀ ਸਮੁੰਦਰੀ ਮਸ਼ਕ ਵੀ ਮਾਲਾਬਾਰ ਕੜੀ 1992 ਦੇ ਵਿੱਚ ਦੋਵਾਂ ਮੁਲਕਾਂ ਭਾਰਤੀ ਨੇਵੀ ਤੇ ਅਮਰੀਕਨ ਨੇਵੀ ਵੱਲੋਂ ਸ਼ੁਰੂ ਕੀਤੀ ਗਈ ਸੀ ਜਾਪਾਨ ਮੈਰੀਟਲ ਸੈਲਫ ਡਿਫੈਂਸ ਫੋਰਸ ਮਾਲਾਬਾਰ ਮਸ਼ਕ 2015 ਨੂੰ ਸ਼ਾਮਲ ਹੋਈ ਸੀ ਅਤੇ ਰਾਇਲ ਆਸਟ੍ਰੇਲੀਅਨ ਨੇਵੀ ਮਾਲਾਬਾਰ ਸਾਂਝੀ ਸਮੁੰਦਰੀ ਮਸ਼ਕ ਦੇ ਵਿੱਚ 2020 ਵਿੱਚ ਸ਼ਾਮਲ ਹੋਈ ਹੈ ਇਹ ਮਸ਼ਕ ਕੋਵਿਡ ਮਹਾਮਾਰੀ ਦੇ ਮੱਦੇਨਜ਼ਰ ਬਿਨਾਂ ਸੰਪਰਕ ਕੇਵਲ ਸਮੁੰਦਰ ਦੇ ਵਿੱਚ ਮਸ਼ਕ ਦੇ ਰੂਪ ਦੇ ਵਿੱਚ ਆਯੋਜਿਤ ਕੀਤੀ ਜਾ ਰਹੀ ਹੈ ਇਸ ਮਸ਼ਕ ਦੇ ਵਿੱਚ ਮਿੱਤਰ ਜਲ ਸੈਨਾ ਵਿਚਾਲੇ ਉੱਚ ਪੱਧਰ ਦੀ ਕਜੁਰਤਾ ਅਤੇ ਤਾਲਮਿਲ ਵਿਖਾਇਆ ਜਾਵੇਗਾ ਜੋ ਉਹਨਾਂ ਦੀਆਂ ਸਾਂਝੀਆਂ ਕਦਰਾਂ ਕੀਮਤਾਂ ਅਤੇ ਵਚਨਬੱਧਤਾ ਤੇ ਅਧਾਰਿਤ ਹੈ ਮਾਲਾਬਾਰ ਸਮੁੰਦਰੀ ਮਸ਼ਕ ਦਾ 24ਵਾਂ ਐਡੀਸ਼ਨ ਨਵੰਬਰ 2020 ਇਸ ਮਹੀਨੇ ਦੋ ਪੜਾਵਾਂ ਹント ਵਿੱਚ ਕਰਨ ਲਈ ਸੂਚੀ ਬੱਧ ਕੀਤਾ ਗਿਆ ਹੈ ਮਾਲਾਬਾਰ ਵੀ ਮਸ਼ਕ ਦਾ ਦੂਜਾ ਪੜਾ ਅਰਬ ਸਾਗਰ ਦੇ ਵਿੱਚ ਨਵੰਬਰ ਦੇ ਦੂਜੇ 15 ਵਾੜੇ ਦੇ ਵਿੱਚ ਕਰਵਾਇਆ ਜਾ ਰਿਹਾ ਹੈ ਕੇਂਦਰ ਸਰਕਾਰ ਨੇ ਕਿਹਾ ਹੈ ਕਿ ਜਨਤਨ ਖਾਤਿਆਂ ਸਮੇਤ ਸਤਤ ਕਰੋੜ ਬੇਸ਼ੱਕ ਬਚਤ ਬੈਂਕ ਖਾਤਿਆਂ ਤੇ ਕੋਈ ਸਰਵਿਸ ਚਾਰਜ ਨਹੀਂ ਹੈ ਵਿੱਤ ਮੰਤਰਾਲੇ ਵੱਲੋਂ ਜਾਰੀਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਕੁਝ ਮੀਡੀਆ ਰਿਪੋਰਟਸ ਦੇ ਵਿੱਚ ਸੰਕੇਤ ਦਿੱਤੇ ਗਏ ਨੇ ਕਿ ਕੁਝ ਜਨਤਕ ਖੇਤਰ ਦੇ ਬੈਂਕਾਂ ਨੇ ਸਰਵਿਸ ਚਾਰਜ ਦੇ ਵਿੱਚ ਵੱਡਾ ਵਾਧਾ ਕੀਤਾ ਹੈ ਇਨਾਂ ਰਿਪੋਰਟ ਨੂੰ ਸਪਸ਼ਟ ਕਰਦਿਆਂ ਮੰਤਰਾਲੇ ਨੇ ਕਿਹਾ ਕਿ ਸਰਵਿਸ ਚਾਰਜ ਨਹੀਂ ਵਧਾਏ ਗਏ ਮੰਤਰਾਲੇ ਨੇ ਕਿਹਾ ਕਿ ਬੈਂਕ ਆਫ ਬਰੋਦਾ ਨੇ 1 ਨਵੰਬਰ 2020 ਤੋਂ ਕੁਝ ਤਬਦੀਲੀਆਂ ਕੀਤੀਆਂ ਨੇ ਜਿਨ੍ਹਾਂ ਦਾ ਸੰਬੰਧ ਪ੍ਰਤੀ ਮਹੀਨਾ ਮੁਫਤ ਨਗਦ ਜਮਾ ਕਰਨ ਤੇ ਨਕਦੀ ਕਢਵਾਉਣ ਦੀ ਗਿਣਤੀ ਦੇ ਨਾਲ ਹੈ ਤਨ ਨਕਦੀ ਜਮਾ ਤੇ ਨਕਦੀ ਕਢਵਾਉਣ ਦੇ ਲਈ ਪ੍ਰਤੀ ਮਹੀਨਾ 5 ਵਾਰ ਨੂੰ ਘਟਾ ਕੇ 3 ਵਾਰ ਕੀਤਾ ਗਿਆ ਹੈ ਇਹਨਾਂ ਮੁਫਤ ਲੈਣ ਦੇਨ ਤੋਂ ਜ਼ਿਆਦਾ ਵਾਰ ਲੈਣ ਦੇਨ ਕਰਨ ਤੇ ਚਾਰਜੇਸ ਦੇ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ ਬੈਂਕ ਆਫ ਬਰੋਡਾ ਨੇ ਮੌਜੂਦਾ ਕੋਵਿਡ ਸਥਿਤੀ ਨੂੰ ਧਿਆਨ ਵਿੱਚ ਰੱਖते हुए ਦੱਸਿਆ ਕਿ ਬੈਂਕ ਨੇ ਤਬਦੀਲੀਆਂ ਵਾਪਸ ਲੈਣ ਦਾ ਫੈਸਲਾ ਕੀਤਾ ਹੈ ਕਿਸੇ ਹੋ ਜਨਤਕ ਖੇਤਰ ਦੇ ਬੈਂਕ ਨੇ ਅਜੇ ਹੀ ਚਾਰਜਸ ਹਾਲ ਹੀ ਦੇ ਵਿੱਚ ਨਹੀਂ ਵਧਾਏ ਨੇ ਆਰਬੀਆਈ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਬਲਿਕ ਖੇਤਰ ਬੈਂਕਾਂ ਸਮੇਤ ਸਾਰੇ ਬੈਂਕਾਂ ਨੂੰ ਜਾਇਜ਼ ਪਾਰਦਰਸ਼ੀ ਤੇ ਬਿਨਾ ਪੱਖਪਾਤ ਤੋਂ ਆਪਣੀਆਂ ਸੇਵਾਵਾਂ ਤੇ ਚਾਰਜਸ ਲਗਾਉਣ ਦੀ ਮਨਜ਼ੂਰੀ ਦਿੱਤੀ ਗਈ ਹੈ ਵਿੱਤ ਮੰਤਰਾਲੇ ਨੇ ਦੱਸਿਆ ਕਿ ਬਾਕੀ ਜਨਤਕ ਖੇਤਰ ਦੇ ਬੈਂਕਾਂ ਨੇ ਵੀ ਜਾਣਕਾਰੀ ਦਿੱਤੀ ਹੈ ਕਿ ਕੋਵਿਡ ਮਹਾਮਾਰੀ ਦੇ ਮੱਦੇਨਜ਼ਰ ਨੇੜਲੇ ਭਵਿੱਖ ਦੇ ਵਿੱਚ ਬੈਂਕ ਚਾਰਜਾਂ ਨੂੰ ਵਧਾਉਣ ਦਾ ਕੋਈ ਪ੍ਰਸਤਾਵ ਨਹੀਂ ਹੈ ਜੰਮੂ ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਮਨੋਜ सिन्हा ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਜੰਮੂ ਕਸ਼ਮੀਰ ਦੇ ਇੱਕ ਸਾ ਵਿਕਾਸ ਦੇ ਲਈ ਵਚਨਬੱਧ ਹੈ। ਉਨ੍ਹਾਂ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਵੱਲੋਂ 54000 ਕਰੋੜ ਰੁਪਏ ਦੇ ਵਿਕਾਸ ਪੈਕੇਜ ਦੇ ਲਈ ਜੰਮੂ ਕਸ਼ਮੀਰ ਦੇ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਇੱਕ ਨਵਾਂ ਖੁੱਲ੍ਹਾ ਰਹਾ ਦਿੱਤਾ ਹੈ। ਨਵੀਂ ਭੂਮੀ ਕਾਨੂੰਨਾ ਬਾਰੇ ਮਨੋਜ सिन्हा ਨੇ ਕਿਹਾ ਹੈ ਕਿ ਇਨਾ ਭੂਮੀ ਕਾਨੂੰਨਾ ਨੂੰ মিডিਆ ਨੇ ਗਲਤ ਤangk ਦੇ ਨਾਲ ਪੇਸ਼ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਜੰਮੂ ਕਸ਼ਮੀਰ ਦੇ ਵਿੱਚ 88% ਖੇਤੀਬਾੜੀ ਤੇ ਜੰਗਲਾਤ ਦੀ ਜ਼ਮੀਨ ਹੈ ਅਤੇ ਉਸ ਦਾ 1 ਇੰਚ ਵੀ ਕਾਨੂੰਨ ਅਨੁਸਾਰ ਕਿਸ ਇਹ ਗੈਰ ਸਥਾਨਿਕ ਵਾਸੀ ਨੂੰ ਨਹੀਂ ਵਿਚਿਆ ਜਾ ਸਕਦਾ ਕੇਵਲ 12 ਫੀਸਦੀ ਜ਼ਮੀਨ ਹੀ ਉਦਯੋਗ ਲਗਾਉਣ ਸੈਰਸਪਾਟਾ ਤੇ ਵਿਦਿਅਕ ਸੰਸਥਾਵਾਂ ਸਥਾਪਿਤ ਕਰਨ ਦੇ ਲਈ ਵਰਤੀ ਜਾ ਸਕਦੀ ਹੈ ਅਤੇ ਇਹ ਸਾਰਾ ਕੁਝ ਜੰਮੂ ਕਸ਼ਮੀਰ ਦੇ ਲੋਕਾਂ ਦੇ ਹਿੱਤ ਵਿੱਚ ਹੋਵੇਗਾ ਕਿਉਂਕਿ ਇਸ ਦੇ ਨਾਲ ਨੌਜਵਾਨਾਂ ਨੂੰ ਨੌਕਰੀਆਂ ਦੇ ਮੌਕੇ ਮਿਲਣਗੇ ਅਤੇ ਜੰਮੂ ਕਸ਼ਮੀਰ ਦੇ ਅਰਥਚਾਰੇ ਤੇ ਕਾਰੋਬਾਰ ਨੂੰ ਉਤਸ਼ਾਹ ਮਿਲੇਗਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਵਿੱਚ ਮਾਲ ਗੱਡੀਆਂ ਦੀ ਆਵਾਜਾਈ ਬੰਦ ਹੋਣ ਕਾਰਨ ਰਾਸ਼ਟਰਪਤੀ ਦਾ ਧਿਆਨ ਬਿਜਲੀ ਸੰਕਟ ਤੇ ਜ਼ਰੂਰੀ ਵਸਤਾਂ ਦੀ ਗੰਭੀਰ ਸਥਿਤੀ ਵਲਦਵਾਂਦ ਲਈ 4 ਨਵੰਬਰ ਦੇ ਲਈ ਸਮਾਂ ਮੰਗਿਆ ਸੀ ਪਰ ਮੁੱਖ ਮੰਤਰੀ ਦਫਤਰ ਵੱਲੋਂ ਜਾਰੀ ਪ੍ਰੈਸ ਨੋਟ ਦੇ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਸਮਾਂ ਨਾ ਦਿੱਤੇ ਜਾਣ ਕਾਰਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਦਾਇਕਾਂ ਸਮੇਤ ਅੱਜ ਦਿੱਲੀ ਦੇ ਰਾਜਘਾਟ ਵਿਖੇ ਦਰਨੇ ਤੇ ਬੈਠਣਗੇ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਵਿੱਚ ਮਾਲ ਗੱਡੀਆਂ ਮੁੱਲਤਵੀ ਕੀਤੇ ਜਾਣ ਕਾਰਨ ਪੈਦਾ ਹੋਇਆ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ ਜਿਸ ਦੇ ਸਿੱਟੇ ਵਜੋਂ ਸਾਰੇ ਪਾਵਰ ਪਲਾਂਟ ਪੂਰੀ ਤਰ੍ਹਾਂ ਬੰਦ ਹੋ ਗਏ ਨੇ ਇਸ ਦੇ ਨਾਲ ਹੀ ਖੇਤੀਬਾੜੀ ਅਤੇ ਸਬਜ਼ੀਆਂ ਦੀ ਸਪਲਾਈ ਵਿੱਚ ਵੀ ਕਾਫੀ ਹੱਦ ਤੱਕ ਵਿਘਨ ਪਿਆ ਹੈ ਮੁੱਖ ਮੰਤਰੀ ਨੇ ਅੱਗੇ ਕਿ ਰਾਜਕਾਟਵੀ ਕੇ ਸੰਕੇਤਕ ਤਰਨ ਦੇਂਦਾ ਫੈਸਲਾ ਇਸ ਕਰਕੇ ਕੀਤਾ ਤਾਂ ਜੋ ਕੇਂਦਰ ਸਰਕਾਰ ਦਾ ਧਿਆਨ ਸੂਬੇ ਦੀ ਨਾਜ਼ੁਕ ਸਥਿਤੀ ਵੱਲ ਦਿਵਾਇਆ ਜਾ ਸਕੇ ਉਹਨਾਂ ਅਗੇ ਕਿਹਾ ਕਿ ਦਿੱਲੀ ਵਿੱਚ ਤਾਰਿਕ 144 ਲੱਗੇ ਹੋਣ ਦੇ ਮੱਦੇ ਨਜ਼ਰ ਵਿਧਾਇਕ ਪੰਜਾਬ ਭਵਨ ਤੋਂ ਚਾਰ-ਚਾਰ ਦੇ ਜਥਿਆਂ ਦੇ ਵਿੱਚ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਸਮਾਦੀ ਵੱਲ ਜਾਣਗੇ ਅਤੇ ਉਹ ਖੁਦ ਪਹਿਲੇ ਜਥੇ ਦੀ ਸਵੇਰੇ 10 ਵਜੇ ਅਗਵਾਈ ਕਰਨਗੇ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੀਆਂ ਹੋਰਨਾਂ ਪਾਰਟੀਆਂ ਦੇ ਵਿਧਾਇਕਾਂ ਨੂੰ ਸੂਬੇ ਦੇ ਹਿੱਤਾਂ ਨੂੰ ਵੇਖਦੇ ਹੋਏ ਇਨ੍ਹਾਂ ਧਰਨਿਆਂ ਦੇ ਵਿੱਚ ਹਿੱਸਾ ਲੈਣ ਦੀ ਮੁੜ ਅਪੀਲ ਕੀਤੀ ਮੁੱਖ ਮੰਤਰੀ ਨੇ ਕਿਹਾ ਕਿ ਆਖਰੀ ਨਿੱਜੀ ਪਾਵਰ ਪਲਾਂਟ ਬੰਦ ਹੋਣ ਦੇ ਕਾਰਨ ਸਥਿਤੀ ਬਦ ਤੋਂ ਬੱਤਰ ਹੋ ਗਈ ਹੈ ਉਹਨਾਂ ਦੱਸਿਆ ਹੈ ਕਿ ਜੀਵੀਕੇ ਨੇ ਸੰਚਾਲਨ ਬੰਦ ਕਰਨ ਦਾ ਐਲਾਨ ਕੀਤਾ ਸੀ ਕਿਉਂਕਿ ਇਸ ਪਲਾਂਟ ਦੇ ਕੋਲ ਕੋਲਾ ਪੂਰੀ ਤਰ੍ਹਾਂ ਖਤਮ ਹੋ ਚੁੱਕਿਆ ਹੈ ਸੂਬੇ ਦੇ ਵਿੱਚ ਸਰਕਾਰੀ ਅਤੇ ਹੋਰ ਨਿੱਜੀ ਪਾਵਰ ਪਲਾਂਟ ਪਹਿਲਾਂ ਹੀ ਬੰਦ ਹੋ ਚੁੱਕੇ ਨੇ ਮੁੱਖ ਮੰਤਰੀ ਨੇ ਅੱਗੇ ਦੱਸਿਆ ਕਿ ਸੂਬੇ ਦੀ ਸਥਿਤੀ ਬੇਹਦ ਗੰਭੀਰ ਹੈ ਕਿਉਂਕਿ ਕਿਸਾਨਾਂ ਵੱਲੋਂ ਮਾਲ ਗੱਡੀਆਂ ਦੀ ਆਵਾਜਾਈ ਨਾ ਰੋਕਣ ਦੇ ਫੈਸਲੇ ਦੇ ਬਾਵਜੂਦ ਰੇਲਵੇ ਵੱਲੋਂ ਇਲਾ ਮਾਲ ਗੱਡੀਆਂ ਨੂੰ ਚਾਲੂ ਨਾ ਕੀਤੇ ਜਾਣ ਕਾਰਨ ਸੂਬੇ ਦੇ ਕੋਲ ਕੋਇਲਾ ਯੂਰੀਆ ਡੀਏਪ ਅਤੇ ਹੋਰ ਜ਼ਰੂਰੀ ਵਸਤਾਂ ਖਤਮ ਹੋ ਚੁੱਕੀਆਂ ਨੇ ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਕਿਹਾ ਕਿ ਪ੍ਰੀ ਪ੍ਰਾਇਮਰੀ ਵਿਦਿਆਰਥੀਆਂ ਦਾ ਮੁਲਾਂਕਣ 18 ਨਵੰਬਰ ਤੋਂ 20 ਨਵੰਬਰ ਤੱਕ ਕੀਤਾ ਜਾਵੇਗਾ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਪ੍ਰੀ ਪ੍ਰਾਇਮਰੀ ਪਹਿਲੀ ਤੇ ਪ੍ਰੀ ਪ੍ਰਾਇਮਰੀ ਦੂਜੀ ਕਲਾਸਾਂ ਦੇ ਬੱਚਿਆਂ ਦੇ ਵਿਕਾਸ ਨੂੰ ਜਾਣਨ ਤੇ ਸਮਝਣ ਦੇ ਲਈ ਸਾਲ ਦੇ ਵਿੱਚ ਤਿੰਨ ਵਾਰ ਬੱਚਿਆਂ ਦਾ ਮੁਲਾਂਕਣ ਕੀਤਾ ਜਾਂਦਾ ਹੈ ਤੇ ਇਸ ਵਾਰ ਕੋਵਿਡ ਕਾਰਨ ਅਧਿਆਪਕਾਂ ਨੂੰ ਇਸ ਸੰਬੰਧ ਦੇ ਵਿੱਚ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਅਧਿਆਪਕਾਂ ਨੂੰ ਬੱਚਿਆਂ ਦਾ ਮੁਲਾਂਕਣ ਕਰਨ ਦੇ ਲਈ ਉਹਨਾਂ ਨੂੰ ਸਕੂਲ ਨਾਲ ਸਦਨ ਟੈਲੀਫੋਨ ਵੀਡੀਓ ਕਾਲ ਰਾਹੀਂ ਤਾਲਮੇਲ ਕਰਨ ਅਤੇ ਇੱਕ ਦਿਨ ਦੇ ਵਿੱਚ 15 ਬੱਚਿਆਂ ਤੋਂ ਵੱਧ ਦਾ ਮੁਲਾਂਕਣ ਨਾ ਕਰਨ ਦੇ ਲਈ ਕਿਹਾ ਗਿਆ ਹੈ ਬੁਲਾਰੀ ਅਨੁਸਾਰ ਸਿਰਫ ਮੁਕਤ ਦਫ਼ਤਰ ਵੱਲੋਂ ਭੇਜੇ ਗਏ ਪ੍ਰਸ਼ਨ ਬੱਚਿਆਂ ਨੂੰ ਪੁੱਛਣ ਨਿਰਧਾਰਤ ਪਰਫਾਰਮੈਂਸ ਵਿੱਚ ਸਾਰੇ ਬੱਚਿਆਂ ਦਾ ਮੁਲਾਂਕਣ ਰਿਕਾਰਡ ਕਰਨ ਤੇ ਬੱਚਾ ਸੰਬੰਧੀ ਜਾਣਕਾਰੀ ਉਹਨਾਂ ਦੇ ਮਾਪਿਆਂ ਦੇ ਨਾਲ ਸਕਾਰਾਤਮਕ ਰੂਪ ਕੇ ਦੇਣ ਨਾਲ ਸਾਂਝੀ ਕਰਨ ਦੇਵੀ ਅਧਿਆਪਕਾਂ ਨੂੰ ਨਿਰਦੇਸ਼ ਦਿੱਤੇ ਗਏ ਨੇ ਸੀਮਾ ਸੁਰੱਖਿਆ ਬਲਬਲੋ ਫਰੋਜ਼ਪੁਰ ਸੈਕਟਰ ਦੇ ਵਿੱਚ 2 ਕਿਲੋ 250 ਗ੍ਰਾਮ ਹਿਰੋਇਨ ਬਰਾਮਦ ਕੀਤੀ ਗਈ ਹੈ ਪੰਜਾਬ ਫਰੰਟੀਅਰ ਦੇ BSF ਹੈੱਡ ਕੁਆਰਟਰ ਵੱਲੋਂ ਜਾਰੀ ਪ੍ਰੈਸ ਰਿਲੀਜ਼ ਦੇ ਵਿੱਚ ਕਿਹਾ ਗਿਆ ਕਿ ਫਰੋਸਪਰ ਸੈਕਟਰ ਦੇ ਵਿੱਚ ਤਾਇਨਾਤ 136 ਬਟਾਲੀਅਨ ਦੇ BSF ਜਵਾਨਾਂ ਨੇ ਕੰਡਿਆਲੀ ਤਾਰ ਨੇੜਿਓਂ ਹਿਰੋਇਨ ਦੇ 4 ਪੈਕੇਟ ਬਰਾਮਦ ਕੀਤੇ ਤੇ ਇਸ ਤਰ੍ਹਾਂ ਇਨਾ ਚੌਕਸ ਜਵਾਨਾਂ ਨੇ ਦੇਸ਼ ਵਿਆਪੀ ਅਨਸਰਾ ਦੇ ਪਾਬੰਦੀਸ਼ੋਦਾ ਨਸ਼ੀਲੇ ਪਦਾਰਥ ਪੰਜਾਬ ਅੰਦਰ ਲਿਆਂਦੀ ਕੋਸ਼ਿਸ਼ ਨੂੰ ਇੱਕ ਵਾਰ ਫਿਰ ناکام ਕਰ ਦਿੱਤਾ ਹੈ BSF ਵੱਲੋਂ ਪਾਕਿਸਤਾਨ ਦੇ ਨਾਲ ਲਗਦੀ ਪੰਜਾਬ ਦੀ ਸੀਮਾ ਨੇੜਿਓਂ ਇਸ ਸਾਲ ਹੁਣ ਤੱਕ 456 ਕਿਲੋ ਤੋਂ ਵੱਧ ਨਸ਼ੀਲੇ ਪਦਾਰਥ ਬਰਾਮਦ ਕਰ ਚੁੱਕੀ ਹੈ ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ ਨਮਸਕਾਰ